ਖਾਲਸਾ ਵਾਹਿਗੁਰੂ ਜੀ ਕੀਰਤਨ ਕਰਦੇ ਹਾਂ ਅੱਜ ਪਹੁੰਚੇ ਹਾਂ ਜੀ ਮਿੱਚੀ ਅਤੇ ਮਿੱਚੀ ਇੰਡੀਆ ਦੇ ਬਾਰਡਰ ਦੇ ਲਾਗੇ ਮਿੱਚੀ ਤੋਂ ਬਾਅਦ ਸਲਾਮਕੋਟ ਤੋਂ ਬਾਅਦ ਇੱਥੇ ਹੀ ਨਾਲ ਹੀ ਬੁਕਲਾ ਪਰ ਅਤੇ ਖੜ੍ਹੇ ਹੋਏ ਹਾਂ ਜੀ ਰੇੜੇ ਦੇ ਉੱਤੇ ਬੜੀ ਭੁੱਖ ਲੱਗੀ ਹੈ ਅਤੇ ਰੋਲ ਮੋਲ ਖਾ ਰਹੇ ਹਾਂ ਸਾਡਾ ਭਰਾ ਨਾਮ ਕੀ ਹੈ ਅਮਿਤ ਕੁਮਾਰ ਇਹਦਾ ਨਾਮ ਅਮਿਤ ਕੁਮਾਰ ਇਹ ਆਪਣਾ ਹਿੰਦੂ ਭਰਾ ਅਤੇ ਬਰਗਰ ਬਣਾ ਰਿਹਾ ਔਰ ਬਰਗਰ ਵੀ ਬੜਾ 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 ਸੋਹਣਾ ਬਰਗਰ ਬਣਾ ਰਿਹਾ ਹੈ ਕਿੰਨੇ ਸਾਲਾਂ ਤੋਂ ਕਿਤਨੇ ਸਾਲ ਸੇ ਆਪ ਕਾਮ ਕਰ ਰਹੇ ਹੋ ਇੱਕ ਸਾਲ ਹੋਇਆ ਹੈ ਭਾਈ ਕੋ ਔਰ ਸਰਦਾਰ ਵਿਜੇ ਸਿੰਘ ਜੀ ਇਹ ਸਮੋਸੇ ਔਰ ਰੋਲ ਮੋਲ ਸਭ ਕੁਛ ਖਾ ਰਹੇ ਹੈ ਹਮਾਰੇ ਸਾਥ ਬਾਬਾ ਇੱਧਰ ਇੱਧਰ ਯੇ ਵੈਸੇ ਇੰਡੀਆ ਮੇਂ ਐਸੇ ਹੋਤਾ ਹੈ ਯਹਾਂ ਪਾਕਿਸਤਾਨ ਮੇਂ ਪਹਿਲੀ ਦਫਾ ਦੇਖ ਰਹੇ ਹੈ ਹਾਂ ਕਿਆ ਬਾਤ ਹੈ ਯੇ ਹਮਾਰਾ ਬਨਿਆਰੀ ਕਾ ਭਾਈ ਸਾਹਿਬ ਫਤੂ ਭਈਆ ਪਤਨ ਲਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਹਮਾਰੇ ਸਾਥ ਇਤਨਾ ਬੜਾ ਬਰਗਰ ਮੈਨੇ ਜ਼ਿੰਦਗੀ ਮੇਂ ਕਭੀ ਹਮਾਰੇ ਸਿੰਧ ਮੇਂ ਨਹੀਂ ਬਨਤਾ ਹਮਾਰੇ ਯਹਾਂ ਤੋ ਛੋਟੇ ਬਰਗਰ ਬਨਤੇ ਹੈ ਯੇ ਤੋ ਸਿੰਧ ਮੇਂ ਮੇਰੇ ਖਿਆਲ ਦੇ बिल्कुल पर इस तरीके का नहीं बनता जिस तरीके का आप बना रहे हैं। चलो जी बनाना है मैं भी नहीं भाई कड़क का हाँ कड़क करो जी हाँ कड़क बहुत खूबसूरत शहर है खालसा जी बहुत इतने माहौल भी बहुत चंगा नवा गुरुद्वारा भी बनया ਅਤੇ ਆਪਾਂ ਆਏ ਹਾਂ ਇੱਥੇ ਕੀਰਤਨ ਕਰਨ ਦੇ ਵਾਸਤੇ ਅਤੇ ਬੜਾ ਹੀ ਸੋਹਣਾ ਲੱਗਿਆ ਅਤੇ ਇੱਥੇ ਜਿਹੜੇ ਨੇ ਤਕਰੀਬਨ 2000 ਤੋਂ ਜ਼ਿਆਦਾ ਹਿੰਦੂਆਂ ਦੇ ਘਰ ਨੇ ਅਤੇ ਨਾਲ ਗੁਰਸਿੱਖੀ ਵੀ ਹੈ ਕੀਰਤਨ ਸਮਾਗਮ 3 ਦਿਨ ਤੋਂ ਕੀਰਤਨ ਸਮਾਗਮ ਚੱਲ ਰਿਹਾ ਹੈ ਜਿਹੜੀ ਪਾਕਿਸਤਾਨ ਦੀ ਸੰਗਤ ਹੈ ਕਦੀ ਤੁਸੀਂ ਨਹੀਂ ਸੁਣਿਆ ਹੋਵੇਗਾ ਕਿ ਮਿੱਠੀ ਦੇ ਵਿੱਚ ਕੋਈ ਕੀਰਤਨ ਸਮਾਗਮ 3 ਦਿਨਾਂ ਦਾ ਇੱਥੇ 3 ਦਿਨਾਂ ਤੋਂ ਅਖੰਡ ਪਾਠ ਸਾਹਿਬ ਆਰੰਭ ਹੈ ਸਮਾਪਤੀ ਹੈ ਭੋਗ ਸਾਹਿਬ ਹੈ ਸਾਡਾ ਕੀਰਤਨ ਹੈ ਬੜੀ ਭੁੱਖ ਲੱਗੀ ਸੀ ਮੈਂ ਕਿਹਾ ਕੁਛ ਖਾ ਲਈਏ ਤਾਂ ਹੀ ਅਸੀਂ ਇੱਥੇ ਆਏ ਸਾਂ ਅਤੇ ਬਹੁਤ ਪਿਆਰਾ ਮਾਹੌਲ ਬਹੁਤ ਪਿਆਰਾ ਸ਼ਹਿਰ ਬਹੁਤ ਪਿਆਰੇ ਲੋਕ ਪਿਆਰ ਕਰਨ ਵਾਲੇ ਅਤੇ ਸਤਿਗੁਰੂ ਦੀ ਹੋਰ ਇਹਨਾਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਜੀ ਇੰਨੀ ਕੋਈ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।